ਦੋਵਾਂ ਫੋਰਮਾਂ ਵੱਲੋਂ ਐਲਾਨ ਕੀਤਾ ਮੋਰਚਾ ਅੱਜ 24ਵੇਂ ਦਿਨ ਵਿੱਚ ਦਾਖਲ ਹੋ ਗਿਆ। ਅਸੀਂ ਸ਼ੰਭੂ ਬਾਰਡਰ ਦੀ ਸਟੇਜ ਤੋਂ ਬੋਲ ਰਹੇ ਹਾਂ ਔਰ ਜਿਹੜਾ ਅਸੀਂ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਨ ਵਾਸਤੇ ਦੂਜੇ ਸੂਬਿਆਂ ਨੂੰ ਜੰਤਰ ਮੰਤਰ 'ਤੇ ਦਿੱਲੀ ਜਾਣ ਦਾ ਐਲਾਨ ਕੀਤਾ ਸੀ। ਜਿਹੜੀ ਕੇਂਦਰ ਕਹਿੰਦੀ ਸੀ ਵੀ ਟਰੈਕਟਰ ਟਕਾਲੀਆਂ ਤੋਂ ਬਗੈਰ ਤੁਸੀਂ ਦਿੱਲੀ ਚਲੇ ਜਾਓ। ਕੱਲ੍ਹ ਦੇ 147 ਬੰਦੇ ਡਿਟੇਨ ਕੀਤੇ ਗਏ ਆ ਜਿਹੜੇ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਆ। ਪੰਜਾਬ ਹਰਿਆਣੇ ਨੇ ਕਿਹਾ ਅਸੀਂ ਬਾਰਡਰਾਂ 'ਤੇ ਬੈਠਾਂਗੇ, ਉਨੀ ਦੇਰ ਤੱਕ ਬੈਠਾਂਗੇ ਜਿੰਨੀ ਦੇਰ ਤੱਕ ਤੁਸੀਂ ਰਾਹ ਨਹੀਂ ਖੋਲ ਦਿੰਦੇ। ਫਿਰ ਭਲਾ ਦਿੱਲੀ ਦੇ ਵਿੱਚ ਏਡੀ ਵੱਡੀ ਫੋਰਸ ਲਾਉਣਾ, ਧਾਰਾ 144 ਲਾਉਣਾ, ਰਸਤੇ ਸੀਲ ਕਰਨਾ, ਬੱਸਾਂ ਚੈੱਕ ਕਰਨਾ, ਰੇਲ ਗੱਡੀਆਂ ਚੈੱਕ ਕਰਨਾ, ਇਹ ਕਿੱਧਰ ਕਿੱਧਰ ਦਾ ਸੀ? ਇਹਦਾ ਮਤਲਬ ਕੇਂਦਰ ਨੇ ਮੰਨ ਲਿਆ ਹੈ ਵੀ ਇਹ ਅੰਦੋਲਨ ਦੇਸ਼ ਭਰ ਦਾ ਹੈਗਾ ਵਾ। ਜਿਹੜੀ ਗੱਲ ਅਸੀਂ ਤੋੜਨਾ ਚਾਹੁੰਦੇ ਸੀ ਵੀ ਇਹ ਕਿਸੇ ਵੀ ਕਿਸਮ 'ਤੇ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦੇਣਗੇ, ਇਹ ਸਾਡੀ ਅਸੈਸਮੈਂਟ ਠੀਕ ਰਹੀ ਆ। 8 ਮਾਰਚ ਨੂੰ ਮਤਾਵਾਂ ਭੈਣਾਂ ਦਾ ਕੌਮਾਂਤਰੀ ਦਿਹਾੜਾ ਹੈਗਾ, ਅਸੀਂ ਉਹ ਇਹਨਾਂ ਦੋਵਾਂ ਬਾਰਡਰਾਂ ਦੇ ਉੱਤੇ ਮਨਾਵਾਂਗੇ ਔਰ ਇਸ ਅੰਦੋਲਨ ਵਿੱਚ ਔਰਤ ਦੀ ਭੂਮਿਕਾ ਕੀ ਹੋਵੇ ਇਸ ਵਿਸ਼ੇ 'ਤੇ ਚਰਚਾ ਕਰਾਂਗੇ। ਜਿਸ ਅੰਦੋਲਨ ਦੇ ਵਿੱਚ ਦੇਸ਼ ਦੀਆਂ ਮਤਾਵਾਂ ਭੈਣਾਂ ਸ਼ਾਮਲ ਹੋਣ, ਉਹਨਾਂ ਦੀ ਵੱਡੀ ਗਿਣਤੀ ਹੋਵੇ, ਉਹ ਮੋਰਚੇ ਕਦੀ ਹਰਦੇ ਨਹੀਂ ਹੁੰਦੇ। ਤੋ ਅਸੀਂ ਪੂਰੇ ਦੇਸ਼ ਨੂੰ, ਪੰਜਾਬ ਨੂੰ, ਹਰਿਆਣੇ ਨੂੰ ਬੇਨਤੀ ਕਰਦੇ ਹਾਂ ਸਾਰੀਆਂ ਮਤਾਵਾਂ ਭੈਣਾਂ ਨੂੰ ਵੀ 8 ਮਾਰਚ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ। ਰੇਲ ਰੋਕੋ ਦੀਆਂ ਤਿਆਰੀਆਂ ਦੋਵਾਂ ਫੋਰਮਾਂ ਵੱਲੋਂ ਪੂਰੇ ਜੰਗੀ ਪੱਧਰ 'ਤੇ ਆਰੰਭ ਕੀਤੀਆਂ ਗਈਆਂ ਨੇ ਔਰ ਰੇਲ ਰੋਕੋ, ਭਾਰਤ ਦਾ ਰੇਲ ਰੋਕੋ ਅੰਦੋਲਨ ਸਰਕਾਰ ਦੀਆਂ ਅੱਖਾਂ ਖੋਲੂਗਾ ਔਰ ਪੰਜਾਬ ਦੇ ਲਗਭਗ 22 ਜ਼ਿਲ੍ਹਿਆਂ 'ਚ ਇਹ ਰੇਲ ਰੋਕੋ ਹੋਊਗਾ। ਮੈਂ ਨਿੱਜੀ ਤੌਰ 'ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੇਵੀਦਾਸਪੁਰਾ ਦੇ ਉਸ ਥਾਂ ਨੂੰ ਜਾ ਕੇ ਸੰਬੋਧਨ ਕਰੂੰਗਾ। ਵੱਧ ਤੋਂ ਵੱਧ ਅਸੀਂ ਕਹਿੰਦੇ ਪੰਜਾਬੀਆਂ ਨੂੰ, ਹਰਿਆਣਾ ਨੂੰ, ਪੂਰੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਰੇਲ ਰੋਕੋ ਵਿੱਚ ਇਕੱਠ ਕੀਤਾ ਜਾਵੇ। ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਲੈਂਦਾ। ਧੰਨਵਾਦ। ਅਗਰ ਇਹ ਵੀਡੀਓ ਆਪਕੋ ਪਸੰਦ ਆਇਆ ਹੈ ਤੋ ਇਸੇ ਲਾਈਕ ਜ਼ਰੂਰ ਕਰੇਂ। ਅਗਰ ਚੈਨਲ ਅਭੀ ਤੱਕ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਕਰ ਲੇ ਔਰ ਨੋਟੀਫਿਕੇਸ਼ਨ ਪਾਣੇ ਕੇ ਲਿਏ ਬੈਲ ਆਇਕਨ ਭੀ ਦਬਾ ਦੇਂ।